ਅੱਜ ਵਾਲੀਬਾਲ ਗਰਾਊਂਡ ਫਤਿਹ ਬਾਣ ਦਾ ਚੌਧਰੀ ਅਲੀ ਹਮਜ਼ਾ ਗੁੱਜਰ ਉਹਨਾਂ ਦੀ ਵੇਲੀ ਇਹ ਡੇਰਾ ਉਹਨਾਂ ਦਾ ਪਾਣੀ ਸ਼ਾਣੀ ਦਾ ਬਕਾਇਦਾ ਇੰਤਜ਼ਾਮ ਕਰਾ ਕੇ ਦਿੱਤਾ ਉਹਨਾਂ ਨੇ ਇਹ ਗਰਾਊਂਡ ਹੈ ਜੀ ਇਹ ਪਲੇਅਰ ਆ ਰਹੇ ਨੇ ਖੇਡਣ ਵਾਸਤੇ ਜੀ ਸੋਹੇਲ ਬਾਸ ਗੁੱਜਰ ਜੀ ਬਾਕੀ ਇਹ ਪਲੇਅਰ ਖੜ੍ਹੇ ਨੇ ਆ ਜੀ ਮੁਜ਼ੰਮਲ ਸਾਹਿਬ ਨੇ ਅਤੇ ਇਹ ਤਮੂਰ ਸਾਹਿਬ ਨੇ ਤਮੂਰ ਗੋਰਚੀ ਸਾਹਿਬ ਇਹ ਰਾਸ਼ਦ ਸਾਹਿਬ ਨੇ ਇਹ ਡਿਫੈਂਸਰ ਨੇ ਇਹਨਾਂ ਦਾ ਡਿਫੈਂਸ ਪੂਰੇ ਪਾਕਿਸਤਾਨ 'ਚ ਮਸ਼ਹੂਰ ਹੈ ਇੱਕ ਪਲੇਅਰ ਹੋਰ ਆ ਗਏ ਨੇ ਜੀ ਚੌਧਰੀ ਉਮਰ ਸਾਹਿਬ ਉਮਰ ਸਾਹਿਬ ਬਾਲ ਅਤੇ ਪੰਪ ਲੈ ਕੇ ਆਏ ਨੇ ਇਹ ਜੀ ਅਜਮਲ ਸਾਹਿਬ ਦਾ ਮਾਲ ਹੈ ਵਾਲੀਬਾਲ ਦੇ ਪਲੇਅਰ ਨੇ ਅਜਮਲ ਸਾਹਿਬ ਆ ਰਹੇ ਨੇ ਉਹ ਵੀ ਅੱਜ ਦੌਰ ਹੈ ਵੇਖੋ ਹਰ ਬੰਦਾ ਆਪਣੀ ਆਪਣੀ ਮੋਟਰਸਾਈਕਲ 'ਤੇ ਆ ਰਿਹਾ ਅਤੇ ਅਸੀਂ ਪੈਦਲ ਜਾਂਦੇ ਹਾਂ ਅਜਮਲ ਸਾਹਿਬ ਵੀ ਆ ਰਹੇ ਜੀ ਮਜ਼ੀਦ ਮਾਲ ਲੈ ਕੇ ਆ ਰਹੇ ਨੇ ਬਿਹਤਰੀ ਆ ਰਹੀ ਮਾਲ ਵਿੱਚ ਕੈਪਟਨ ਸਾਹਿਬ ਵੀ ਆ ਰਹੇ ਨੇ ਮਾਲ ਵੀ ਆਪਣਾ ਲੈ ਕੇ ਸੁਹੇਲ ਸਾਹਿਬ ਜੀ ਇਹ ਵੀ ਬਾਈਕ ਪਾਕਿਸਤਾਨ ਵਿੱਚ ਜ਼ਿਆਦਾ ਇਹ ਹੀ ਫੇਮਸ ਹੈ ਬਾਈਕ ਹੋਂਡਾ ਸੀ ਜੀ 125 ਇਸ ਟਾਈਮ ਦੀ ਕੀਮਤ ਲਗਭਗ 1,60,65,000 ਰੁਪਈਆ ਭਾਈ ਦੋਵੇਂ ਭਾਈ ਨੇ ਅਤੇ ਦੂਸਰੀ ਸਾਈਡ ਤੇ ਰਾਸ਼ਦ ਸਾਹਿਬ ਨੇ ਹੱਥ ਗਰਮ ਕਰ ਰਹੇ ਨੇ ਬਾਕੀ ਪਲੇਅਰ ਵੀ ਆ ਰਹੇ ਨੇ ਅਤੇ ਜਿਵੇਂ ਗੇਮ ਸ਼ੁਰੂ ਹੁੰਦੀ ਤੁਹਾਨੂੰ ਬਕਾਇਦਾ ਦੱਸਣੇ ਆ ਕੈਸੀ ਗੇਮ ਕਰਦੇ ਨੇ ਬੱਚੇ ਇਸਤਿਹਾਰ ਜੋਸ਼ੀ ਸਾਹਿਬ ਬੈਠੇ ਨੇ ਆ ਗਏ ਨੇ ਵੀ ਇਹ ਜੀ ਗੇਮ ਸ਼ੁਰੂ ਹੋ ਗਈ ਅਤੇ ਕੰਧਾਂ ਫੁੰਡਦੇ ਨੇ ਪਏ ਬਾਕੀ ਜਿਹੜੇ ਪਲੇਅਰ ਨੇ ਉਹ ਵੀ ਆ ਜਾਣ ਅਤੇ ਚੰਗੀ ਗੱਲ ਗੇਮ ਹੋ ਜਾਵੇ ਇਹ ਕਮੀਜ਼ਾਂ ਇਹਨਾਂ ਲਾਹੀਆਂ ਨੇ ਇਸ ਗੇਮ ਦੇ ਇਹ ਸਬਜ਼ੀ ਵੀ ਉਗਾਈ ਹੈ ਕੱਦੂ ਨੇ ਇਹ ਭਿੰਡੀਆਂ ਨੇ ਇਹ ਵੀ ਇਹ ਜਨਾਬ ਮੇਰੀ ਭਿੰਡੀਆਂ ਲੱਗੀਆਂ ਨੇ ਬੂਟਿਆਂ 'ਤੇ ਇਹ ਬੂਟਿਆਂ 'ਤੇ ਭਿੰਡੀਆਂ ਲੱਗੀਆਂ ਨੇ ਜਨਾਬ ਇਹ ਤੁਹਾਨੂੰ ਦੱਸ ਦਿੰਦੇ ਹਾਂ ਸ਼ੋਅ ਕਰੋ ਭਿੰਡੀ ਦਾ ਜਿਹੜੇ ਖਾਂਦੇ ਨੇ ਅਕਸਰ ਦਿਖਾਉਂਦੇ ਕੋਲੋਂ ਇਹ ਲੇਡੀ ਫਿੰਗਰ ਹੈ ਕੱਦੂ ਸ਼ਰੀਫ ਨੇ ਇਹ ਮੇਰੇ ਸ਼ੱਕ ਕਾਲੀ ਤੋਰੀ ਹੈ ਸਾਰੀ ਵੈਜੀਟੇਬਲ ਇੱਥੇ ਦਸਤਿਆਬ ਹੈ ਇਹ ਜੀ ਤੋਰੀਆਂ ਦਾ ਆਸਰਾ ਮੇਰੇ ਸ਼ੱਕ ਹੈ ਬਹੁਤ ਹੈ ਸਬਜ਼ ਹੈ ਜਵਾਰ ਨੈਚੁਰਲ ਮਾਹੌਲ ਹੈ ਸਾਫ਼ ਸੁਥਰਾ ਪਿੰਡ ਦਾ